ਆਊਟ ਆ ਮੇਰੀ ਤਾਂ ਸੁਣ ਲਾ ਬੋਲਿਆ ਦੋਵਾਂ ਬਾਲਾਂ ਤੇ ਨਾ ਹਾਂ ਜਿਹੜਾ ਓਵਰ ਗਿਆ ਸੀ ਉਹ ਨਹੀਂ ਤਿੰਨ ਤਿੰਨ ਓਵਰ ਦੋ ਬਾਲੋ ਮੈਂ 300 ਬਾਈ ਟੋਪੀ ਘੁਮਾਓ ਫੇਰ ਹੀ ਹੋਣਾ ਟੋਪੀ ਤੇ ਪਾ ਲਈ ਉਹਨੂੰ ਘੁਮਾ ਵੀ ਲਓ ਇਹਨੂੰ ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਭ ਤੋਂ ਪਹਿਲੇ ਤਾਂ ਅੱਜ ਜੁਮਾ ਵਾ ਤੁਹਾਨੂੰ ਸਾਰਿਆਂ ਨੂੰ ਜੁਮਾ ਮੁਬਾਰਕ ਜੁਮਾ ਪੜ੍ਹਿਓ ਦੁਆ ਕਰਿਓ ਆਪਣੇ ਲਈ ਵੀ ਮੇਰੇ ਲਈ ਵੀ ਚੌਧਰੀ ਅੱਜ ਆ ਗਿਆ ਕਹਿੰਦਾ ਇੱਟਾਂ ਸੁਟਾਣੀਆਂ ਸੀ ਇਕੱਲੀਆਂ ਕਹਿੰਦਾ ਇੱਟਾਂ ਅੱਜ ਸੁੱਟ ਜਾਂਦਾ ਵਾ ਬਾਕੀ ਫਿਰ ਕੱਲ੍ਹ ਆ ਜਾਣਗੇ ਦੋਵੇਂ ਮਿਸਤਰੀ ਦੇ ਮਜ਼ਦੂਰ ਸੁੱਤਾ ਹੀ ਉੱਠਿਆ ਸੀਗਾ ਇਹਨੇ ਨਹੀਂ ਠਾਇਆ ਕਿ ਮੈਂ ਤਾਂ ਸੁੱਤਾ ਸੀ ਮੈਂ ਕਿਹਾ ਇਹਨਾਂ ਨੇ ਕਿਹੜਾ ਆਉਣਾ ਅੱਜ ਅੱਜ ਤਾਂ ਛੁੱਟੀ ਸੀਗੀ ਹੁਣ ਇੱਦਾਂ ਵਾ ਕਿ ਇਹਨਾਂ ਨੂੰ ਇੱਥੋਂ ਗੋਦਾਮ 'ਚੋਂ ਫੱਟਾ ਕੱਢ ਕੇ ਦਿੰਦੇ ਹਾਂ ਜਾ ਕੇ ਇੱਟਾਂ ਸੁੱਟਣਗੇ ਪਾਣੀ ਭਰ ਕੇ ਦੇ ਦਿੰਦਾ ਵਾ ਪੀਣ ਵਾਲਾ ਆਪ ਜਾ ਕੇ ਚੁੱਪ ਕਰਕੇ ਸੋ ਜਾਣਾ ਇਹ ਵਿਹਲੇ ਹੋ ਕੇ ਆ ਕੇ ਫਿਰ ਦੱਸ ਦੇਣਗੇ ਕਿ ਭਾਈ ਸੁੱਟ ਲਈਆਂ ਨੇ ਅਤੇ ਆ ਜਾਓ ਫੱਟਾ ਕਢਾ ਤਾ ਵਾ ਉਸਤਾਦ ਉਹਨਾਂ ਨੂੰ ਪਾਣੀ ਵੀ ਦੇ ਦਿੱਤਾ ਵਾ ਮਿਹਰਬਾਨੀ ਲਓ ਸੁੱਟੋ ਸੀ ਇਹ ਸੁੱਟਦੇ ਆ ਘੰਟਾ ਕੁ ਥੋੜ੍ਹੀ ਕੁ ਦੇਰ ਮੈਂ ਆਰਾਮ ਕਰਦਾ ਵਾਂ ਨਹਾ ਨਹੁ ਕੇ ਅਤੇ ਫਿਰ ਜਾ ਕੇ ਦੇਖਦੇ ਹਾਂ ਹੈਂ ਦੋਵਾਂ ਘੰਟੇ ਵਿਹਲੇ ਹੋ ਜਾਣਾ ਚਲੋ ਉਹ ਸੁੱਟ ਲਓ ਇੱਕ ਵਾਰੀ ਦੋ ਘੰਟੇ ਲਾ ਲਓ ਜਿਹੜੇ ਲੱਗਣੇ ਆ ਮੈਂ ਇੱਥੇ ਹੀ ਹੋਣਾ ਵਾ ਬੈਠ ਗਈ ਜੀ ਹੈਂ ਕੀ ਕਰਨਾ ਜਿਹੜੇ ਰੋੜੇ ਹੋਣੇ ਨਾ ਰੋੜੇ ਉਹ ਸੁੱਟ ਦੇਣੇ ਇੱਧਰ ਆ ਥੱਲੇ ਪਲਾਟ 'ਚ ਅਤੇ ਜਿਹੜੀ ਇੱਟ ਨਹੀਂ ਲੱਗਣ ਵਾਲੀ ਉਹ ਵੀ ਇੱਥੇ ਆਹੋ ਉਹ ਵੀ ਇੱਥੇ ਮਸਤ ਸੁਣਾ ਠੀਕ ਆ ਬਾਕੀ ਇੱਟ ਜਿਹੜੀ ਅੰਦਰ ਸੁੱਟਣ ਵਾਲੀ ਉਹ ਅੰਦਰ ਹੀ ਸੁੱਟਣੀ ਸੁੱਟਦੇ ਆ ਉਸਤਾਦ ਹੋਣੀ ਹੈ ਬਸ ਇਹਨਾਂ ਨੂੰ ਥੋੜ੍ਹੀ ਦੇਰ ਬਾਅਦ ਆ ਕੇ ਪੁੱਛ ਲਾਂਗੇ ਕੀ ਬਣਿਆ ਕੀ ਬਣਿਆ ਕਿ ਇਹਨੇ ਆਪੀ ਸੁੱਟ ਕੇ ਆ ਕੇ ਦੱਸ ਦੇਣਾ ਭਾਈ ਸੁੱਟਤੀ ਹੈ ਲਿਆਓ ਪੈਸੇ ਮੌਸਮ ਬੜਾ ਪਿਆਰਾ ਸੀਗਾ ਦਿਲ 'ਤੇ ਸੀਗਾ ਥੋੜ੍ਹੀ ਦੇਰ ਸੋ ਲਵਾਂ ਪਰ ਤੁਹਾਨੂੰ ਪਤਾ ਇੱਕ ਵਾਰੀ ਜਦੋਂ ਅੱਖ ਖੁੱਲ੍ਹ ਜਾਏ ਦੁਬਾਰਾ ਕਿੱਥੇ ਨੀਂਦ ਆਉਂਦੀ ਆ ਮੈਂ ਕਿਹਾ ਚਲੋ ਮੂੰਹ ਧੋ ਕੇ ਜਾਂਦਾ ਪਿੱਛੇ ਦੇਖਦਾ ਫਿਰ ਆ ਕੇ ਇੰਨਾ ਕੌਣ ਥੋੜ੍ਹੀ ਦੇਰ ਜਿਹੜੀ ਇਹ ਲਾਉਂਦੇ ਲਾ ਕੇ ਫਿਰ ਜਾਣਗੇ ਅਤੇ ਫਿਰ ਸੋ ਲਾਂਗੇ ਕੋਈ 2 ਘੰਟੇ 12 ਕੁ ਵਜੇ ਉੱਠ ਕੇ ਅਤੇ ਫਿਰ ਜੁੰਮੇ ਦੀ ਤਿਆਰੀ ਕਰ ਲਾਂਗੇ ਕੀ ਹੋਇਆ ਟੋਟੇ ਵੱਡੀ ਇੱਟ 'ਚੋਂ ਵੀ ਨਿਕਲਣਦੇ ਇਹ ਅਵਲ ਇੱਟ ਇਹ 'ਚੋਂ ਤਾਂ ਨਹੀਂ ਨਾ ਨਿਕਲਣੇ ਚਾਹੀਦੇ ਦੋਮ ਨੇ ਕੀ ਉਸਤਾਦ ਜੀ ਅਵਲ ਇੱਟ ਆ ਇਹਨਾਂ ਕੋ ਗਾਂ ਨਾਮ ਗਾਵਾਂਗੇ ਉਸਤਾਦ ਹੁਣੀ ਕਹਿੰਦੇ ਅਵਲ ਇੱਟ 'ਚੋਂ ਵੀ ਟੋਟੇ ਨਿਕਲੀ ਜਾਂਦੇ ਆ ਇਹ ਵੀ ਸਹੀ ਨੀਗੀ ਲਾਇਆ ਨੀ ਫੱਟਾ ਤੇ ਇੱਥੇ ਜੋ ਸੁੱਟਣ ਦੇ ਤੇ ਮੁੜ ਕੇ ਚੁੱਕ ਕੇ ਫਿਰ ਇੱਧਰ ਵਾਲੀ ਕੰਧ ਨਾਲ ਤੁਹਾਨੂੰ ਕਰਨੀਆਂ ਪੈਣੀਆਂ ਹੈਂ ਮੌਸਮ ਚੰਗਾ ਸੋਹਣਾ ਹੋਇਆ ਸੀ ਮੈਂ ਉਸਤਾਦ ਉਹਨਾਂ ਨੂੰ ਲਾ ਕੇ ਚਲਾ ਗਿਆ ਘਰ ਅਤੇ ਹੁਣ ਥੋੜ੍ਹੀ ਥੋੜ੍ਹੀ ਧੁੱਪ ਨਿਕਲਣ ਦੀ ਸਪੀਡ ਇਹਨਾਂ ਨੇ ਚੰਗੀ ਮਾਰੀ ਆ ਉਹ ਸਾਹਮਣੇ ਚੱਕਾ ਜਿਹੜਾ ਲੱਗਾ ਸੀ ਚੁੱਕ ਕੇ ਸਾਰਾ ਸੁੱਟ ਛੱਡਿਆ ਅੰਦਰ ਇੱਟਾਂ ਹੁਣ ਕੁਛ ਉਹ ਸੁੱਟਦੀਆਂ ਕੁਛ ਆਹ ਸੁੱਟਦੀਆਂ ਕੁਛ ਇੱਥੇ ਸੁੱਟਦੀਆਂ ਨੇ ਕੁਛ ਆਹ ਨੇ ਰੋੜਾ 'ਚੋਂ ਨਿਕਲਿਆ ਚੰਗਾ ਇੱਟ 'ਚੋਂ ਉਹ ਮੈਂ ਕਿਹਾ ਹੁਣ ਇੱਧਰ ਆੜੀਆਂ ਐਕਸਟਰਾ ਪਈਆਂ ਨੇ ਇਹਦੀ ਕੋਈ ਰੋੜੀ ਕਸਾਉਣੀ ਆ ਕਟਾਉਣੀ ਆ ਉਹ ਵੀ ਚੁੱਕ ਕੇ ਇੱਥੇ ਸੁੱਟ ਦੇਣਗੇ ਬਾਕੀ ਜਿਹੜੀ ਕੋਈ ਸਾਫ਼ ਸਾਫ਼ ਇੱਟ ਨਿਕਲੇਗੀ ਇਹ 'ਚੋਂ ਉਹ ਲਵਾ ਲਾਂਗੇ ਉਹ ਕਢਾ ਲਾਂਗੇ ਮੈਨੂੰ ਕਿਹਾ ਮੈਂ ਕਿਹਾ ਤੂੰ ਚੈੱਕ ਕਰ ਲੈ ਜਿਹੜੀ ਰੋੜੀ ਦੀ ਆ ਖਿੰਗਰ ਆ ਉਹ ਖਿੰਗਰ ਇੱਟ ਨਹੀਂ ਨਾ ਲੱਗਣੀ ਹੁਣ ਆਪਣਾ ਉੱਤੇ ਹੁਣ ਸਾਰੀ ਅਵਲ ਲੱਗੇਗੀ ਖਿੰਗਰ ਇੱਟ ਇੱਕ ਸਾਈਡ 'ਤੇ ਕਢਾ ਲਾਂਗੇ ਰੋੜੀ ਵਾਸਤੇ ਜਿਹੜੀ ਕੋਈ ਇੱਟ ਰੋੜੇ ਬਣਨ ਜੋਗੀ ਮਤਲਬ ਜਿਹੜੇ ਰੋੜੇ ਬਣ ਗਏ ਆ ਉਹ ਵੀ ਇੱਧਰ ਇੱਕ ਸਾਈਡ 'ਤੇ
ਇੱਟ ਬੜੀ ਗੰਦੀ ਆਈ ਆ, ਹਾਜੀ ਸਾਹਿਬ ਨੂੰ ਬੁਲਾ ਕੇ ਮੈਂ ਦਿਖਾਉਣੀ ਆ ਹੁਣੀ। ਇਹ ਤਾਂ ਭੁਰਦੀ ਜਾਣ ਦੀ ਸਾਰੀ ਇੱਟ, ਜਿੱਥੇ ਸੁੱਟਦੇ ਨੇ ਉੱਤੋਂ ਸਾਰੀ ਭੁਰ ਜਾਂਦੀ ਆ। ਉਹ ਇੱਦਾਂ ਜਿੱਦਾਂ ਹਲਦੀ ਹੁੰਦੀ ਹੈ ਇੱਟ ਘੱਟ। ਹਾਜੀ ਸਾਹਿਬ ਨੂੰ ਮੈਂ ਕਹਿਣਾ ਕਿ ਹੁਣ ਨਹੀਂ ਇਹਨਾਂ ਕੋਲ ਲੈਣੀ ਪਈ ਇੱਟ ਵਾਲਾ ਬੰਦਾ ਬਦਲਣਾ। ਇੱਦਾਂ ਭੁਰਦੀ ਆ ਡੇਗ ਕੇ ਕਿ ਜਿੱਦਾਂ ਉਹ ਕੱਚੀ ਜਾਂ ਖਾਲੀ ਮਿੱਟੀ ਹੁੰਦੀ ਜਿਸ ਤਰ੍ਹਾਂ ਹੁਣ ਮੈਂ ਦੇਖੀ ਨਹੀਂ ਸੀ। ਹਾਜੀ ਸਾਹਿਬ ਨੂੰ ਕਿਹਾ ਸੀਗਾ, ਹਾਜੀ ਸਾਹਿਬ ਨੇ ਫੋਨ ਕੀਤਾ ਸੀ, ਹਾਜੀ ਸਾਹਿਬ ਨੂੰ ਕਹਾਂਗਾ ਇੱਕ ਤੇ ਉਹਨੂੰ ਲਾਮਾ ਦਿਓ, ਦੂਸਰਾ ਲਾਮਾ ਦੇ ਕੇ ਤੇ ਉਹਨੂੰ ਕਿਹੋ ਕਿ ਭਾਈ ਅੱਗੇ ਤੋਂ ਨਹੀਂ ਗਲਤੀ ਹੋ ਗਈ। ਆਹ ਜਿਹੜੀ ਲੱਗਣ ਵਾਲੀ ਇੱਟ ਸੀ ਉਹ ਉਸਤਾਦ ਹੋਣਾ ਨੇ ਸੁੱਟਤੀ ਆ ਅੰਦਰ, ਬਾਕੀ ਆਹ ਸਾਰੀ ਮਗਾ ਇੱਧਰ ਇੱਕ ਪਾਸੇ ਇਕੱਠੀ ਕਰ ਦੇਵੋ। ਇਹ ਕਿੱਥੇ ਪਾਸੇ ਇਕੱਠੀ ਕਰ ਦਿੰਦੇ ਆ, ਆਹ ਕੁਛ ਇੱਟ ਇੱਥੇ ਅੰਦਰ ਪਈ ਆ, ਇਹ ਵੀ ਇਕੱਠੀ ਕਰਾ ਦੇਣੀ ਆ ਉਹ ਉੱਥੇ। ਇਸ ਤੋਂ ਬਾਅਦ ਮੈਂ ਉਸਤਾਦ ਨੂੰ ਕਿਹਾ ਵਿਹਲੇ ਹੋ ਗਿਆ ਆ ਜਾਓ ਘਰ ਹੀ, ਉੱਥੋਂ ਪਾਣੀ ਸ਼ਾਣੀ ਪਿਆ ਕੇ ਪੈਸੇ ਦੇ ਕੇ ਅਤੇ ਫਿਰ ਇਹ ਚੱਲ ਜਾਣਗੇ। ਕੱਲ੍ਹ ਦਾ ਕਹਿਣ ਦੇ ਆ ਕਿ ਉਸਤਾਦ ਹੋਣਾ ਤਾਂ ਕਦੀ ਕਹਿੰਦੇ ਔਖਾ ਵਾ ਆਉਣਗੇ, ਕਦੀ ਕਹਿੰਦੇ ਆ ਜਾਣਗਾ। ਔਖਾ ਵਾ ਜਾਂ ਆ ਜਾਏਗਾ ਇਹ ਹੁਣ ਅੱਲਾ ਬਿਹਤਰ ਜਾਣਦਾ ਵਾ। ਪੁੱਛ ਲਾਂਗੇ ਇਹਨਾਂ ਦੇ ਇੱਕ ਵਾਰੀ, ਜਿਹੜਾ ਠੇਕੇਦਾਰ ਆ ਉਹਨੂੰ ਕਰਾਂਗਾ ਕਾਲ ਕਿ ਭਾਈ ਕੱਲ੍ਹ ਨੂੰ ਬੰਦਾ ਲਾਜ਼ਮੀ ਭੇਜੀ। ਇੱਕੋ ਦਿਨ ਦਾ ਕੰਮ ਰਹਿ ਗਿਆ ਵਾ, ਪਰਲੀ ਦੀਵਾਰ ਹੀ ਕਰਾਉਣੀ ਹੈ, ਇੱਕ ਉਹਨੂੰ ਬੰਦਾ ਭੇਜਦਾ ਕਿ ਮੈਂ ਦੀਵਾਰ ਕਰਵਾਵਾਂ। ਜਿਹੜੀ ਕੋਈ ਇੱਥੇ ਪਲਾਟ 'ਚ ਇੱਟ ਖੜੀ ਸੀ ਉਹ ਉੱਥੇ ਜਮ੍ਹਾਂ ਕਰਾਤੀ ਆ ਪਿੱਛੇ। ਬਾਕੀ ਉਸਤਾਦ ਹੋਣਾ ਦਾ ਕੰਮ ਐਂਡ ਹੀ ਆ, ਇਕੱਠੀ ਕੁੱਠੀ ਇਹਨੇ ਕਰ ਲਈ ਆ। ਉਹ ਉੱਥੇ ਨੁੱਕਰ 'ਚ ਜਿਹੜੀ ਢੇਰੀ ਲੱਗੀ ਸੀਗੀ ਔਰ ਚਿਹੜੀਆਂ ਸਹੀ ਸਹੀ ਨਿਕਲੀਆਂ, ਵਿੱਚ ਪਵਾ ਕੇ ਹੋਏ ਅੰਦਰ ਸਟਾਤੀਆਂ ਨੇ। ਬਾਕੀ ਇੱਧਰ ਆ ਜਮ੍ਹਾਂ ਕਰ ਲਈ। ਹੁਣ ਜਿਹੜੀ ਆਹ ਰੋੜੀ ਆ, ਆਹ ਇੱਟ ਅਤੇ ਆਹ ਇੱਟ, ਇਹਦੀ ਰੋੜੀ ਘਟਾ ਲਾਂਗੇ, ਰੋੜੀ ਪੂਰੀ ਹੋ ਜਾਏਗੀ ਕਿਉਂਕਿ ਆ ਬੱਚਰਾ ਵੀ ਪਿਆ ਉਹ ਵੀ ਪਿਆ ਅਤੇ ਆਖਰੀ ਰੇੜੀ ਆ ਸਾਧ ਨਹੀਂ ਸੁੱਟ ਦੇਣ ਲੱਗੇ ਨੇ। ਇਸ ਤੋਂ ਬਾਅਦ ਫਿਰ ਇਹਨਾਂ ਨੇ ਚੱਲ ਜਾਣਾ, ਮੁੱਕ ਗਿਆ ਕੰਮ ਫਿਰ ਇਹਨਾਂ ਦਾ। ਇੱਟ ਸੁੱਟ ਗਿਆ ਜੇ, ਮੈਂ ਘਰ ਆ ਕੇ ਮੂੰਹ ਹੱਥ ਧੋਤਾ ਹੀ ਸੀਗਾ ਅਤੇ ਘਰ ਦੇ ਕਹਿੰਦੇ ਗੋਸ਼ਤ ਲੈ ਆ, ਅੱਜ ਬਿਰਿਆਨੀ ਬਿਰਿਆਨੀ ਚੱਲੇਗੀ। ਮੈਂ ਕਿਹਾ ਆ ਬਿਰਿਆਨੀ ਅਤੇ ਖਾ ਬਿਰਿਆਨੀ, ਅੱਜ ਚੱਲੇਗੀ ਸਾਡੇ ਘਰ ਬਿਰਿਆਨੀ। ਜਾ ਕੇ ਗੋਸ਼ਤ ਲੈ ਆਉਂਦਾ ਵਾਂ, ਖਤ ਕਰਾਉਣਾ ਵਾਂ ਜੁਮਾ ਵਾਂ, ਅਤੇ ਜੇ ਹਮਾਮ 'ਤੇ ਰਸ਼ ਨਾ ਹੋਇਆ ਤਾਂ ਫਿਰ ਖਤ ਕਰਾ ਲਵਾਂਗਾ, ਨਹੀਂ ਤਾਂ ਫਿਰ ਵਾਪਸ ਆ ਜਾਣਾ ਵਾਂ ਖਤ। ਫਿਰ ਕੱਲ੍ਹ ਦੀ ਦਿਹਾੜੀ ਇੱਕ ਇਹਨਾਂ ਦੀ ਰਹਿ ਗਈ ਆ, ਲਵਾ ਕੇ ਫਿਰ ਪਰਸੋਂ ਕਰਾਵਾਂਗਾ। ਇੱਕੋ ਦਫਾ ਚੂੜਾ ਤਾਂ ਬਣੇ ਨਹੀਂ, ਮੈਂ ਕਿਹਾ ਕੋਈ ਨਹੀਂ, ਜਿੱਥੇ ਇੰਨੇ ਦਿਨ ਲੰਘ ਗਏ ਦੋ ਦਿਨ ਹੋਰ ਸਹੀ। ਗੋਸ਼ਤ ਲੈ ਲਿਆ ਵਾ, ਉਸਤਾਦ ਹੁਣੀ ਕਰ ਦੇਣ ਅਤੇ ਫਿਰ ਅਸੀਂ ਚੱਲੀਏ ਘਰ। ਇਸ ਤੋਂ ਬਾਅਦ 11 ਵੱਜ ਗਏ ਆ ਅੱਜ, ਵੈਸੇ ਇੱਟਾਂ ਸੁੱਟਣੀਆਂ ਸੀ, 1400 ਇੱਟ ਸੁੱਟ ਕੇ ਗਏ ਨੇ ਅਤੇ 3 ਘੰਟਿਆਂ 'ਚ ਵਿਹਲੇ ਹੋ ਕੇ ਚਲੇ ਗਏ ਆ। ਅਤੇ ਉੱਦਾਂ ਜੇ ਦਿਹਾੜੀ 'ਤੇ ਲਾਇਆ ਹੁੰਦਾ ਤਾਂ ਆਹ 1400 ਇੱਟ ਇਹਨਾਂ ਨੇ ਸੁੱਟਣੀ ਸੀਗੀ, ਸ਼ਾਮ ਪਾ ਦੇਣੀ ਸੀ ਅਤੇ ਸੁੱਟੀ ਵੀ ਨਹੀਂ ਜਾਣੀ ਹੈ। ਕੱਲ੍ਹ ਤਾਂ ਗੱਲ ਪੈ ਜਾਣੀ ਸੀ ਇੱਕ ਦਿਹਾੜੀ ਦੀ, ਹੋਰ ਤਾਂ ਇਹਨਾਂ ਨੇ ਪਾ ਦੇਣੀ ਸੀ ਗੱਲ। ਬਾਕੀ ਚਲੋ ਕਰ ਗਏ ਉਹਨਾਂ ਦੀ ਮਿਹਰਬਾਨੀ, ਹੁਣ ਕੱਲ੍ਹ ਦਾ ਕਨਫਰਮ ਕੋਈ ਨਹੀਂ ਆਉਂਦੇ ਕਿ ਨਹੀਂ ਆਉਂਦੇ। ਉਸਤਾਦ ਹੋਣੀ ਗੋਸ਼ਤ ਕਰ ਦੇਣ, ਗੋਸ਼ਤ ਲੈ ਕੇ ਚੱਲੀਏ ਘਰ, ਜਾ ਕੇ ਅਤੇ ਫਿਰ ਜੁਮੇ ਦਾ ਵੀ ਤਿਆਰੀ ਕਰ ਲਈਏ। 12-1 ਵਜੇ ਜੁਮਾ ਹੋ ਜਾਂਦਾ ਇੱਥੇ, ਜਾ ਕੇ ਜੁਮੇ ਦੀ ਤਿਆਰੀ ਕਰਦੇ ਹਾਂ। ਜੁਮੇ ਦੀ ਨਮਾਜ਼ ਲਈ ਤਿਆਰ ਹੋ ਗਿਆ, ਹਾਜੀ ਸਾਹਿਬ ਦਾ ਫੋਨ ਆਇਆ ਕਿ ਆ ਜਾ ਆਪਾਂ ਉੱਧਰ ਮਸਜਿਦ 'ਚ ਜਾਣਾ ਵਾ। ਮੇਰਾ ਦਿਲ ਸੀਗਾ ਇੱਥੇ 1:30 ਵਜੇ ਜੁਮਾ ਹੁੰਦਾ, ਇੱਥੇ ਹੀ ਪੜ੍ਹ ਲਵਾਂਗਾ। ਹਾਜੀ ਸਾਹਿਬ ਨਾਲ ਹੀ ਮਸਜਿਦ 'ਚ ਹੁੰਦਾ 1:15 ਵਜੇ। ਹਾਜੀ ਸਾਹਿਬ ਕਹਿੰਦੇ ਆਇਆ ਛੇਤੀ ਛੇਤੀ ਉੱਥੇ ਜਾਣਾ, ਟਾਈਮ ਨਾਲ ਆਇਆ ਕਰ। ਮੈਂ ਕਿਹਾ ਚਲੋ ਉੱਥੇ ਚੱਲਦੇ ਹਾਂ। ਅਤੇ ਫੋਨ ਆ ਗਿਆ ਸੀਗਾ ਹਾਜੀ ਸਾਹਿਬ ਦਾ, ਹੁਣ ਮੈਂ ਕਰਦਾ ਫੋਨ, ਬਾਹਰ ਆ ਜਾਂਦੇ ਆ ਅਤੇ ਫਿਰ ਚੱਲੀਏ ਉੱਥੇ। ਜੁਮਾ ਹੀ ਪੜ੍ਹਨਾ ਭਾਵੇਂ ਇੱਥੇ ਹੀ ਪੜ੍ਹ ਲਓ, ਭਾਵੇਂ ਉੱਥੇ ਪੜ੍ਹ ਲਓ, ਬਾਕੀ ਜੁਮਾ ਪੜ੍ਹ ਕੇ ਦੁਆ ਕਰਿਓ ਮੇਰੇ ਲਈ ਵੀ, ਆਪਣੇ ਲਈ ਵੀ, ਮੈਂ ਵੀ ਸਾਰਿਆਂ ਦੀ ਦੁਆ ਕਰਾਂਗਾ। ਫਲਸਤੀਨ ਦੇ ਮੁਸਲਮਾਨਾਂ ਵਾਸਤੇ ਲਾਜ਼ਮੀ ਦੁਆ ਕਰਿਆ ਕਰੋ, ਸਾਡੀ ਦੁਆ ਦੇ ਹੱਕਦਾਰ, ਅਸੀਂ ਕੁਛ ਹੋਰ ਨਹੀਂ ਕਰ ਸਕਦੇ, ਕਮ ਅਜ਼ ਕਮ ਉਹਨਾਂ ਲਈ ਦੁਆ ਕਰ ਸਕਦੇ ਹਾਂ। ਦੁਆਵਾਂ 'ਚ ਉਹਨਾਂ ਨੂੰ ਲਾਜ਼ਮੀ ਯਾਦ ਰੱਖਿਆ ਕਰੋ। ਜੁਮਾ ਪੜ੍ਹ ਕੇ ਆ ਗਿਆ ਵਾਪਸ,
ਤੁਸੀਂ ਅੰਦਾਜ਼ਾ ਕਰ ਲਓ ਕਿ ਮੈਂ 15 ਮਿੰਟ ਸਫ਼ਰ ਕਰਕੇ ਵੀ ਵਾਪਸ ਆ ਗਿਆ ਵਾਂ ਅਤੇ ਸਾਡੀ ਜਿਹੜੀ ਕਲੋਨੀ ਵਾਲੀ ਮਸਜਿਦ ਉੱਥੇ ਹੁਣ ਜਮ੍ਹਾਂ ਹੋਣ ਦਿਆ। ਇੰਨੀ ਹਨੇਰੀ ਚੱਲਣ ਦੀ ਨਾ ਰਾਹ 'ਚ ਘੱਟਾ ਪੈ ਕੇ ਅੱਖਾਂ ਦੀ ਮੱਤ ਵੱਜ ਗਈ ਆ, ਅੱਖ 'ਚ ਪਤਾ ਨਹੀਂ ਕੀ ਪਿਆ ਗਿਆ, ਖੁੱਲ੍ਹਣ ਹੀ ਨਹੀਂ ਰਹੀ ਹੈ। ਸ਼ੀਸ਼ੇ 'ਚ ਕੁਛ ਨਜ਼ਰ ਆਇਆ ਨਹੀਂ ਗਾ, ਪਾਣੀ ਦੇ ਛੱਟੇ ਮਾਰੇ ਆ ਬਥੇਰੇ ਪਰ ਕੁਛ ਨਿਕਲਣ ਨਹੀਂ ਦਿਆ, ਅੱਖ 'ਚ ਸਾੜ ਬੜਾ ਪੈਣ ਦਿਆ, ਪਤਾ ਨਹੀਂ ਕੀ ਗੱਲ ਬਣੀ ਆ। ਨਜ਼ਰ ਨਹੀਂ ਸੀ ਆਉਂਦਾ ਕੱਖ ਵੀ, ਸ਼ੀਸ਼ੇ 'ਚ ਤਾਂ ਲੱਭਦੇ ਨਹੀਂ ਸੀ ਨਾ ਬਿਲਕੁਲ ਹੀ, ਗੁਲਾਬ ਦਾ ਅਰਕ ਪਾਇਆ ਅਤੇ ਮੱਖੀ ਜਿੱਡਾ ਮੱਛਰ ਨਿਕਲਿਆ, ਅੱਖ ਦਾ ਬਹੁਤ ਬੁਰਾ ਹਾਲ ਆ, ਸਾੜ ਪੈ ਕੇ ਲਾਲ ਹੋਈ ਪਈ ਆ। ਬਾਅਦ ਮੈਨੂੰ ਘਰੋਂ ਲੈ ਆ ਮੈਚ ਖੇਡਣ, ਉੱਤੋਂ ਹਵਾ ਬੜੀ ਜਾਂਦੀ, ਤੇਰੇ ਕੰਮ ਚੈੱਕ ਕਰੋ, ਪਹਿਲੀ ਬਾਲ ਦੀ ਬੋਲਡ ਹੋ ਗਿਆ, ਪਹਿਲੀ ਵਾਈਡ ਅਤੇ ਦੂਸਰੀ ਤਾਂ ਬੋਲਡ, ਪਹਿਲੀ ਬਾਲ ਦੀ ਬੋਲਡ, ਘਰੋਂ ਮੈਨੂੰ ਖੇਡਣ ਲਿਆ ਮੈਚ, ਆਓ ਬਾਈ ਖੇਡਣ ਚੱਲੀਏ, ਬੜਾ ਆਸਾਨ ਪਲੇਅਰ ਆ। ਹੈਂ ਆਹ ਕੀ ਕੀਤਾ ਜੀ ਬਾਈ? ਉਹ ਵੱਟੇ ਮਾਰ ਦੇ ਦਰਾਂ, ਵੱਟੇ ਬਾਗ ਮਾਰ ਕਰਾਂ ਦਿਆ, ਆ ਵੇਖੀ ਐਕਸ਼ਨ, ਐਕਸ਼ਨ ਦੇਖੋ, ਆ ਵੇਖ ਲਈ ਪੂਰੀ ਬਾਗ ਮਾਰ ਕਰਾਂਦਾ, ਵੇਖੀ ਐਕਸ਼ਨ ਉਹਦਾ, ਆ ਵੇਖੀ ਇੱਥੋਂ ਲਿਆ ਕੇ ਬਾਈ ਮਾਰ, ਉਹ ਨਹੀਂ ਵੱਟਾ ਮਾਰਨ ਦਿਆ, ਹੈਂ ਬਾਗ ਮਾਰ ਕਰਾਂਦਾ, ਆ ਲੈ ਆ ਸਲੋ ਜੀ ਬਾਲ, ਤੁਹਾਨੂੰ ਚਾਹੀਦਾ ਤੁਸੀਂ ਛੱਕਾ ਇੱਦਾਂ ਮਾਰੋ, ਦੂਸਰੀ ਬਾਲ ਤੇ ਬਲਕਿ ਪਹਿਲੀ ਤੇ ਪਹਿਲੀ ਵਾਈਡ ਸੀਗੀ, ਦੂਸਰੀ ਜਿਹੜੀ ਉਹਨੇ ਕਰਾਈ ਬੋਲਡ ਹੋ ਗਿਆ, ਤੇ ਹੁਣ ਹੋਰ ਤੇ ਇਲਜ਼ਾਮ ਲਾ ਰਿਹਾ ਕਿ ਵੱਟਾ ਮਾਰਨ ਦਿਆ। ਲੋ ਜੀ ਫਾਸਟ ਬਾਲਰ, ਓਏ ਹੋਏ 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 ਹੋਏ, ਕੈ ਕਰ ਲਿਆ, ਆਊਟ ਹੋ ਜਾਣਾ ਜੀ ਇਹਨੇ, ਕੁਛ ਨਹੀਂ ਆ ਜਗ੍ਹਾ ਵਾ, ਜ਼ਿਆਦਾ ਤਾਂ ਜਗ੍ਹਾ ਸੀਗਾ, ਰੋ ਪਿਆ ਜੀ, ਆ ਬੇਈਮਾਨੀ ਦਾ ਗਾਣ, ਛੱਕਾ ਹੋਇਆ ਇਹਨੇ ਜਗ੍ਹਾ ਮਰਨਾ ਸੀਗਾ, ਆਊਟ ਹੋ ਗਿਆ, ਤੇ ਡੈਡ ਡੈਡ ਬਾਲ, ਓਏ ਹੋਏ ਹੋਏ, ਉਹ ਕੈ ਛੱਡਤਾ ਇਹਨੇ, ਕੈ ਛੱਡਤਾ ਜੀ, ਕੋਈ ਹਾਲ ਨਹੀਂ ਯਾਰ, ਤੂੰ ਕੈ ਕਰ ਬਸ, ਤੋਂ ਵਾਰੀ ਲਾ, ਉਹ ਉਸਤਾਦ ਇਹਦਾ ਕੈ ਹੀ ਕਰਨਾ ਸੀ, ਮੈਂ ਵਾਰੀ ਲੈਣੀ ਸੀ। ਤੁਹਾਨੂੰ ਸ਼ੁਗਲ ਦੀ ਗੱਲ ਦੱਸਾਂ, ਮਨੀਰ ਨੇ ਛਾੜ ਮਾਰੀ, ਉਹ ਉੱਥੇ ਆਂਟੀਆਂ ਬੈਠੀਆਂ ਉਹ ਦਰਖਤ ਦੇ ਪਿੱਛੇ, ਜਾ ਉਹਦੀ ਬੱਕੀ 'ਚ ਵੱਜੀ, ਅਸੀਂ ਇੱਥੇ ਮੰਜੀ ਰੱਖ ਕੇ ਬਹਿਦਾ, ਇਹਦੇ ਆਂਟੀ ਨੇ ਲਾਮਾ ਦੇ ਕੇ ਮੰਜੀ ਚੁਕਾਤੀ ਸੀਗੀ, ਆ ਪਰਲਾ ਪਲਾੜ ਨਾ, ਹੁਣ ਬੱਕੀ 'ਚ ਵੱਜੀ, ਚੁੱਪ ਕਰਕੇ ਬੈਠੀ ਬੋਲੀ ਹੋਈ, ਕਿਉਂਕਿ ਉਹਦਾ ਬੰਦਾ ਮੈਨੂੰ ਲੱਗਦਾ ਨਾਲ ਖੇਲਣ ਦਿਆ, ਲੈ ਵੀ ਆਊਟ, ਇੰਨੀਆਂ ਪਿੱਛੇ ਬਾਲਾਂ ਮਾਰਨ ਦੇ, ਜੇ ਕਰ ਲਾ ਕਰ ਲਾ, ਹਾਏ ਹਾਏ ਕਰ ਲਿਆ ਜੀ, ਕਰ ਲਿਆ ਜੀ, ਕਰ ਲਿਆ ਜੀ, ਲਿਆਓ ਮੇਰੀ ਵਾਰੀ, ਰਨਿੰਗ ਨਹੀਂ ਹੁੰਦੀ ਹੈ ਮੇਰੀ ਵਾਰੀ, ਛੱਕਾ ਬਾਬੇ ਦੇ ਘਰ ਬਾਲ ਗਈ, ਉਹ ਲੜ ਪਈ ਦੋਵੇਂ ਜਣੇ, ਦੋਵੇਂ ਲੜ ਪਏ, ਉਹ ਕਹਿੰਦਾ ਮੈਂ ਓਵਰ ਕਰਾਉਣਾ, ਕਹਿੰਦਾ ਮੈਂ ਕਰਾਉਣਾ, ਉਹ ਬਾਲ ਫੜ ਕੇ ਅੱਗੇ ਅੱਗੇ ਫਿਰਨ ਦਿਆ, ਇਹ ਗਲੀ ਕ੍ਰਿਕਟ ਜਾ ਰਹੀ ਗਰਾਊਂਡ 'ਚ ਵੀ, ਬਾਲ ਦੇ ਇਹਨੂੰ, ਜਿਹੜਾ ਮਰਜ਼ੀ ਕਰ ਲਓ, ਇੱਕ ਓਵਰ ਆ, ਚਾਰ ਓਵਰ ਆ, ਦੋ ਦੋ ਕਰ ਲਓ, ਦੋ ਦੋ ਕਰ ਲਓ, ਜਦੋਂ ਜਦੋਂ ਸਕੋਰ ਪੂਰਾ ਕਰਾਓ, ਅਗਲਾ ਲਾਈਏ, ਇੱਕ ਬਾਲ ਛੇ ਸਕੋਰ, ਰੁਕਦੇ ਹੋਏ ਬਾਈ, ਇਹ ਬਾਈ ਰੁਕਦੇ ਹੋਏ ਚੋਕਾ, ਤੀਸਰਾ ਬਾਲ,
ਸਪੀਡ ਹੀ ਮਾਰ ਲੱਗ ਗਿਆ ਬਾਲ ਨੂੰ। ਤਿੰਨ ਬਾਲ ਤਿੰਨ ਸਕੋਰ, 14 ਹੋ ਗਿਆ। ਓ ਸੋਰੀ, 3 ਬਾਲ 10 ਸਕੋਰ। ਓਏ ਹੋਏ 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 ਹੋਏ, ਛੱਕਾ ਆਊਟ ਆਫ ਦੀ ਸਟੇਡੀਅਮ ਕਰਾ ਦਈਏ। ਕਿੰਨਾ ਗਿਆ? 4 ਬਾਲ 16 ਸਕੋਰ, 1 ਚੌਕਾ। 4 ਬਾਲ ਹੋ ਗਏ, 4 ਬਾਲ 16 ਸਕੋਰ। ਓਏ 2 ਸਕੋਰ ਹੋ ਗਿਆ। ਵਾਓ, ਕਲੈਪਿੰਗ ਮੇਰੇ ਕੀ ਨਜ਼ਰ ਭਾਈ। ਇਹ ਮੁਰਗੇ ਫਾਈਟਿੰਗ ਕਰਦੇ ਹੋਏ ਔਰ ਭਾਈ ਬੋਲ ਲੈ ਕੇ ਆਤੇ ਹੋਏ ਆਪਣੀ ਮਦਦ ਆਪ ਕੇ ਤਹਿਤ। ਤੋਤਾ ਔਰ ਮੈਨਾ ਦਿਖਾਓ ਭਾਈ ਕੋ। ਨਹੀਂ, ਦੋ 5 ਬਾਲ 18 ਸਕੋਰ। ਔਰ ਛੱਕਾ ਔਰ ਹੋ ਗਈ ਭਾਈ ਪੂਰੀ। ਓ ਨਹੀਂ ਨਹੀਂ, ਆਪਨੇ ਯਾਰ ਐਕਸ਼ਨ ਹੀ ਨਹੀਂ ਲਿਆ ਯਾਰ, ਐਕਸ਼ਨ ਹੀ ਨਹੀਂ ਲਿਆ ਆਪਨੇ। ਮਨੀਰ ਆਊਟ ਆ, ਮੇਰੀ ਤਾਂ ਸੁਣ ਲਾ ਬੋਲਿਆ, ਦੋ ਬਾਲਾਂ ਹੀ ਤਿੰਨ। ਹਾਂ, ਜਿਹੜਾ ਓਵਰ ਗਿਆ ਸੀ ਉਹ ਨਹੀਂ, ਤਿੰਨ ਤਿੰਨ ਓਵਰ ਆ। ਤੂੰ ਮੈਨੂੰ ਜ਼ਰੂਰ ਕਰਾਂਗਾ ਵੀ ਦੋ ਬਾਲਾਂ ਹੀ ਦੇਖਾਂਗਾ। ਦੋ ਬਾਲਾਂ ਵੇ ਤਿੰਨ ਸਕੋਰ ਭਾਈ, ਟੋਪੀ ਘੁਮਾਓ ਫੇਰ ਹੀ ਹੋਣਾ, ਟੋਪੀ ਤੇ ਪਾ ਲਈ ਇਹਨੂੰ, ਘੁਮਾ ਵੀ ਲਓ ਇਹਨੂੰ। ਬਰਾਬਰ ਕਰ ਲੈ, ਬਰਾਬਰ ਚੱਲ। ਇੱਕ ਮੈਨੂੰ ਲੱਗ ਰਿਹਾ ਨਹੀਂ ਹੋਣਾ, ਇੱਕ ਬਾਲ ਚ ਦੋ ਲੱਗ ਰਿਹਾ ਨਹੀਂ ਹੋਣਾ ਮੈਨੂੰ, ਇੱਕ ਬਾਲ ਚ ਦੋ ਸਕੋਰ, ਇੱਕ ਬਾਲ ਚ ਦੋ, ਇੱਕ ਲੈਵਲ ਹੋ ਜਾਏ ਵੀ ਦਿੱਤਨ। ਇੱਕ ਮਿੰਟ ਭਾਈ, ਕੈਮਰਾਮੈਨ ਦਾ ਮੂੰਹ ਤੋੜਨ ਲੱਗੇ ਸੀਗੇ। ਯਾਰ ਕੇ ਯਾਰ ਕੇ ਮੈਂ ਦੱਸਿਆ ਸੀ ਇਹਨਾਂ ਨੇ ਮੇਰੇ ਕੋਲ ਬੱਲਾ ਫੜ ਲਈ ਇੱਕ ਓਵਰ ਚ, ਬਾਈ ਮਾਰਿਆ ਸੀ ਪਹਿਲੀ ਓਵਰ ਚ, ਅੱਗੋਂ 4 ਜੇ ਇਹਨਾਂ ਦੇ ਕੋਲੋਂ, ਅੱਲਾ ਦੀ ਮਿਹਰਬਾਨੀ ਨਾਲ 34 ਹੋਇਆ। 37 ਕਰਨਾ ਕਿ 36 ਕਰਨਾ ਸੀਗਾ। ਲਓ ਜੀ, ਗੱਲ ਇੱਦਾਂ ਵਾ ਕਿ ਹਨੇਰੀ ਤਾਂ ਬੰਦ ਕੋਈ ਨਹੀਂ ਹੋਣ ਦੇ, ਅਤੇ ਕਰਨ ਕਰਾਉਣ ਨੂੰ ਹੋਰ ਹੈ ਕੁਛ ਨਹੀਂ, ਅਤੇ ਮੈਂ ਸਲਾਹ ਬਣਾਈ ਆ ਕਿ ਵਲੋਗ ਅੱਜ ਦਾ ਕਰਾਂ ਇੱਥੇ ਹੀ ਖਤਮ, ਅਤੇ ਲਿਹਾਜ਼ਾ ਵੀਡੀਓ ਜਿੱਦਾਂ ਦੀ ਵੀ ਆ, ਮਾੜੀ ਆ ਚੰਗੀ ਆ, ਇਹਨੂੰ ਲਾਈਕ ਜਾਂ ਡਿਸਲਾਈਕ ਕਰਕੇ ਕਮੈਂਟ ਬੋਕਸ 'ਚ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਆ ਕਰੋ। ਅਗਰ ਵੀਡੀਓ ਠੀਕ ਆ ਤਾਂ ਇਹਨੂੰ ਸ਼ੇਅਰ ਵੀ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਕੇ, ਅਤੇ ਆਪਣੇ ਭਰਾ ਨੂੰ ਦੇ ਦੇਣੀ ਇਜਾਜ਼ਤ। ਅੱਲਾ ਹਾਫਿਜ਼।